ਤੁਸੀਂ ਭਾਵੇਂ ਰਿਪਲਾਈ ਸਮਝ ਲਓ ਕਈਆਂ ਨੂੰ, ਭਾਵੇਂ ਕੁਝ ਕੁ ਲੋਕਾਂ ਨੂੰ ਜਵਾਬ ਸਮਝ ਲਓ ਜਾਂ ਕੁਛ ਵੀ ਆ। ਪਤਾ ਨਹੀਂ ਕਿੰਨੇ ਕੁ ਸਾਲਾਂ ਬਾਅਦ ਆਇਆ ਅਤੇ ਮੇਰੇ ਸਾਹਮਣੇ ਜਿਨ੍ਹਾਂ ਨੇ ਬਣਾਇਆ ਉਹ ਆ ਵੀ ਨਹੀਂ ਆਏ ਉਸ ਤੋਂ ਬਾਅਦ। ਅਤੇ ਕੀ ਕਹਿੰਦੇ ਆ ਪੈ ਜੇ, ਕਿਉਂਕਿ ਮੈਨੂੰ ਪਤਾ ਮੇਰੇ ਰਿਲੇਸ਼ਨ ਦੀ ਵੈਲਿਊ ਕੀ ਆ। ਬਾਕੀ ਕਈ ਇਹੋ ਜਿਹੇ ਬੰਦੇ ਵੀ ਹੈਗੇ ਆ ਜਿਨ੍ਹਾਂ ਨਾਲ ਸਾਰੇ ਕੰਮ ਕੁੰਮ ਕਰਾਏ ਵੀ ਆ, ਅਗਲਿਆਂ ਨੇ ਕਦਰ ਨਹੀਂ ਪਾਈ ਐਂਡ 'ਤੇ ਆ ਕੇ। ਚਲੋ ਕੋਈ ਚੱਕਰ ਵਾਲੀ ਗੱਲ ਨਹੀਂ। ਅਤੇ ਬਾਕੀ ਹੁਣ ਜਿਹੜੇ ਮੇਰਾ ਕਰ, ਪਲੀਜ਼ ਇੱਦਾਂ ਫਾਲਤੂ ਦੇ ਕਮੈਂਟ ਨਾ ਕਰੋ ਅਤੇ ਮੈਨੂੰ ਜਾਂ ਕਿਸੇ ਨੂੰ ਵੀ ਜੱਜ ਨਾ ਕਰਿਆ ਕਰੋ ਇੱਕ 10 ਮਿੰਟ ਦੀ ਵੀਡੀਓ ਦੇ ਵਿੱਚ। ਬਸ ਮੈਂ ਇੱਕ ਆਹੀ ਚੀਜ਼ ਕਹੂੰਗਾ। ਜੀ ਸੋ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ, ਵੈਲਕਮ ਬੈਕ ਟੂ ਮਾਈ ਚੈਨਲ। ਸਾਰਿਆਂ ਨੇ ਕੈਂਟ ਹੋ ਗਏ, ਤੁਹਾਡਾ ਸਵਾਗਤ ਹੈ ਨਵੇਂ ਵਲੌਗ 'ਚ। ਮੈਨੂੰ ਪਤਾ ਬਹੁਤ ਦੇਰ ਬਾਅਦ ਉਹਨਾਂ ਦਾ ਗਾਲਾਂ ਨਹੀਂ ਕੱਢਣੀਆਂ, ਸੋ ਇਹ ਤੁਹਾਨੂੰ ਪਹਿਲਾਂ ਦੱਸਦਾ ਐਕਚੁਅਲੀ ਮੇਰੇ ਕੋਲ ਨਈ ਰੂਟੀਨ ਸੈੱਟ ਨਹੀਂ ਹੁੰਦੀ, ਬੜਾ ਟਰਾਈ ਕਰਦਾ ਵਲੌਗਿੰਗ ਕਰਨ ਦੀ ਬਟ ਨਹੀਂ ਹੁੰਦੀ। ਫਿਰ ਚਲੋ ਕੋਈ ਗੱਲ ਨਹੀਂ, ਅੱਜ ਥੋੜ੍ਹੀ ਜਿਹੀ ਆਪਣੀ ਤਬੀਅਤ ਵੀ ਖਰਾਬ ਹੈ, ਕੋਲਡ ਵਗੈਰਾ ਹੋਇਆ, ਫਲੂ ਬਹੁਤ ਫੈਲਿਆ, ਸੋ ਸਾਰੇ ਜਣੇ ਆਪਣਾ ਧਿਆਨ ਰੱਖੋ। ਅਤੇ ਅੱਜ ਮੈਂ ਨਵਾਂ ਵਲੌਗ ਲੈ ਗਿਆ, ਮੈਂ ਸੋਚਿਆ ਚਲੋ ਅੱਜ ਜਿੰਨਾ ਕੰਮ ਹੈਗੇ ਸੀ ਮੈਨੂੰ 3-4 ਅਤੇ ਉਹ ਵੀ ਕਰਨੇ ਆ, ਮੈਂ ਤੁਹਾਡੇ ਨਾਲ ਵਲੌਗਿੰਗ ਕਰ ਲਵਾਂਗੇ। ਅਤੇ ਨਾਲ ਨਾਲ ਇੱਕ ਮੇਰੇ ਫੋਨ 'ਚ ਇਸ਼ੂ ਆ ਗਿਆ, ਉਹਦਾ ਸਪੀਕਰ ਨਾ ਥੋੜ੍ਹਾ ਜਿਹਾ ਕਰੈਕਰਿੰਗ ਹੋਣੀ ਸ਼ੁਰੂ ਹੋ ਗਈ, ਸੋ ਆਪਾਂ ਐਪਲ ਦੇ ਸਰਵਿਸ ਸੈਂਟਰ ਜਾ ਕੇ ਫੋਨ ਵੀ ਚੈੱਕ ਕਰਾਂਗੇ ਕੀ ਦਿੱਕਤ ਆ। ਅਤੇ ਨਾਲੇ ਮੈਡੀਸਿਨ ਮੈਂ ਲੈ ਕੇ ਆਇਆ ਹੁਣੇ, ਅਤੇ ਨਾਲੇ ਨਾਲ ਮੇਨ ਮੇਰਾ ਕਾਰਨ ਆ ਤੁਹਾਡੇ ਨਾਲ 2 ਕੁ ਗੱਲਾਂ ਸਾਂਝੀਆਂ ਕਰਨੀਆਂ ਵਾ ਸਾਰੇ ਜਣਿਆਂ ਨਾਲ। ਅਤੇ ਉਹ ਗੱਲਾਂ ਤੁਸੀਂ ਭਾਵੇਂ ਰਿਪਲਾਈ ਸਮਝ ਲਓ ਕਈਆਂ ਨੂੰ, ਭਾਵੇਂ ਕੁਝ ਕੁ ਲੋਕਾਂ ਨੂੰ ਜਵਾਬ ਸਮਝ ਲਓ ਜਾਂ ਕੁਛ ਵੀ ਆ, ਉਹ 'ਚ ਜਾਂ ਆਪਾਂ ਬੋਲਾਂਗਾ। ਮੈਂ ਬੜਾ ਮਤਲਬ ਬੜੀਆਂ ਗੱਲਾਂ ਮਨ 'ਚ ਭਰੀਆਂ ਪਈਆਂ, ਮੇਰਾ ਵਲੌਗਿੰਗ ਨਾ ਕਰਨ ਦਾ ਮਨ ਵੀ ਇਸੇ ਕਰਕੇ ਨਹੀਂ ਕਰਦਾ, ਬਿਕੋਜ਼ ਕੁਛ ਕੁ ਲੋਕਾਂ ਦਾ ਸਿਸਟਮ ਜਾਂ ਇੱਦਾਂ ਦਾ। ਚਲੋ ਕੋਈ ਗੱਲ ਨਹੀਂ, ਆਪਾਂ ਉਹ ਚੀਜ਼ ਨੂੰ ਥੋੜ੍ਹਾ ਜਿਹਾ ਬਾਅਦ 'ਚ ਰੱਖਦੇ ਹਾਂ। ਪਹਿਲਾਂ ਮੈਂ ਹੁਣ ਸਵੇਰੇ ਹੋਈ ਆ, ਸਵੇਰੇ ਵੱਜ ਗਏ ਆ, ਸਵੇਰ ਕਾਹਦੀ 12 ਵਜੇ ਚੱਲੇ ਆ, ਆਪ ਦੁਪਹਿਰ ਹੀ ਪੈਣ ਵਾਲੀ ਆ। ਅਤੇ ਆਪਾਂ ਹੁਣ ਨਿਕਲ ਗਏ ਹਾਂ, ਦਵਾਈ ਮੈਂ ਲੈ ਲਈ ਆ ਖਾ ਕੇ, ਅਤੇ ਹੁਣ ਉਸ ਤੋਂ ਬਾਅਦ ਚੱਲਾਂ ਵਾ ਗੁਰਦੁਆਰੇ ਮੱਥਾ ਟੇਕਣ। ਮੱਥਾ ਟੇਕਣ ਤੋਂ ਬਾਅਦ ਆਪਾਂ ਦੇਣ ਦੀ ਕਰਦੇ ਹਾਂ ਸ਼ੁਰੂਆਤ, ਫਿਰ ਸਰਵਿਸ ਸੈਂਟਰ ਵੀ ਜਾਣਾ, ਸਾਰਾ ਕੁਝ ਤੁਹਾਨੂੰ ਵਿਖਾਉਣਾ। ਆਪਾਂ ਪਹੁੰਚ ਚੁੱਕੇ ਹਾਂ ਸੈਲੀਬ੍ਰੇਸ਼ਨ ਮੋਲ ਜਿੱਥੇ ਹੈਗਾ ਐਪਲ ਦਾ ਸਰਵਿਸ ਸੈਂਟਰ। ਅਤੇ ਮੈਂ ਐਕਚੁਅਲੀ ਗੁਆਚ ਗਿਆ, ਪਤਾ ਨਹੀਂ ਕਿੰਨੇ ਕੁ ਸਾਲਾਂ ਬਾਅਦ ਆਇਆ, ਅਤੇ ਮੇਰੇ ਸਾਹਮਣੇ ਜਿਨ੍ਹਾਂ ਨੇ ਬਣਾਇਆ ਉਹ ਆ ਵੀ ਨਹੀਂ ਆਏ ਉਸ ਤੋਂ ਬਾਅਦ। ਅਤੇ ਕੀ ਕਹਿੰਦੇ ਆ ਸਾਰੇ ਜਾਣੇ, ਮੋਲ 'ਚ ਕਿੰਨਾ ਰਸ਼ ਹੈ। ਆਪਾਂ ਜਾਣਾ ਐਪਲ ਸਟੋਰ, ਉੱਥੇ ਦੇਖ ਲਓ। ਉੱਥੇ ਵੀਰੇ ਮੈਂ ਇੱਥੇ ਆਇਆ ਅਤੇ ਮੈਨੂੰ ਪਤਾ ਲੱਗਾ ਇੱਥੇ ਐਪਲ ਦਾ ਸਰਵਿਸ ਸੈਂਟਰ ਬੰਦ ਹੋ ਗਿਆ। ਪਤਾ ਨਹੀਂ ਇਹਨਾਂ ਨੇ ਮੋਲ ਖੋਲ੍ਹ ਕੇ ਕਿਉਂ ਰੱਖਿਆ ਆ, ਜਿਹੜੀ ਵੀ ਚੀਜ਼ ਆ ਸਾਰਾ ਕੁਛ ਬੰਦ ਆ। ਹੁਣ ਉਹਨੂੰ ਪਤਾ ਲੱਗਾ ਮਾਲ ਰੋਡ 'ਤੇ, ਹੁਣ ਮਾਲ ਰੋਡ ਜਾਣਾ ਪੈਣਾ ਆਪਾਂ ਨੂੰ। ਇਹ ਲਿਫਟ ਫੜ ਕੇ ਤਾਂ ਚੱਲੀਏ, ਔਖਾ ਹੀ ਆ ਸੱਚੀ, ਐਵੇਂ ਫੇਰਾ ਹੀ ਪਿਆ ਮੈਨੂੰ। ਮਾਲ ਰੋਡ ਚੱਲੀਏ ਅਤੇ ਮੋਲ ਦਾ ਤੁਸੀਂ ਹਾਲ ਵੇਖੋ, ਸਾਰਾ ਹੀ ਖਾਲੀ। ਆਪਾਂ ਮੋਲ 'ਚੋਂ ਵੀ ਆ ਗਏ ਹਾਂ, ਮੋਲ ਦੇ ਹਾਲਾਤ ਤੁਸੀਂ ਵੇਖੇ ਸੀ ਕੀ ਆ, ਉੱਥੇ ਸਰਵਿਸ ਸੈਂਟਰ ਵਾਲੇ ਵੀ ਚੜ ਗਏ, ਸੋ ਇਹ ਹਾਲਾਤ ਵਾ ਉੱਥੋਂ ਦੇ। ਅਤੇ ਆਪਾਂ ਹੁਣ ਸਰਵਿਸ ਸੈਂਟਰ ਚੈੱਕ ਕਰਾ ਲਿਆ ਫੋਨ, ਅਤੇ ਕੀ ਕਹਿੰਦੇ ਉਹਨਾਂ ਨੇ ਦੇ ਕੇ ਆਇਆ ਤਾਂ ਕੋਈ ਇਸ਼ੂ ਨਹੀਂ ਹੈਗਾ, ਕੁਛ ਨਹੀਂ ਹੈਗਾ, ਬਿਲਕੁਲ ਓਕੇ ਸੀ। ਬਸ ਡਸਟ ਕਰ ਹੋਣ ਕਰਕੇ ਉਹਦੀ ਕਰੈਕਰਿੰਗ ਦੀ ਵਾਇਸ ਸਾਊਂਡ ਆਉਂਦੀ ਪਈ ਸੀ, ਅਤੇ ਨਾਲੇ ਬਲੌਕ ਹੋਇਆ ਸੀ ਸਪੀਕਰ, ਉਹਨਾਂ ਨੇ ਸਾਫ਼ ਕਰਤਾ ਵਾ। ਬੜੇ ਵਧੀਆ ਤਰੀਕੇ ਨਾਲ ਡੀਲ ਕੀਤਾ ਹੈ ਕਿ ਪਹਿਲਾਂ ਜਿਹੜੇ ਸੈਲੀਬ੍ਰੇਸ਼ਨ ਵਾਲੇ ਗਏ ਨਾ, ਉਹ ਸਹੀ ਤਰ੍ਹਾਂ ਡੀਲ ਨਹੀਂ ਕਰਦੇ। ਉਹ ਬੰਦੇ ਕਰਦੇ ਹੁੰਦੇ ਸੀ ਹਾਂ ਕੋਈ ਗੱਲ ਨਹੀਂ ਸਰ, ਇੱਦਾਂ ਤਾਂ ਇੰਨੇ ਚਾਰਜ ਲੱਗਣਗੇ, ਜੇ ਲੱਗੂਗਾ ਉਹ ਲੱਗੂਗਾ, ਬਟ ਇੱਥੇ ਬਿਲਕੁਲ ਪ੍ਰੋਪਰ ਤਰੀਕੇ ਨਾਲ ਉਹਨਾਂ ਨੇ ਚੈੱਕ ਕੀਤਾ, ਪ੍ਰੋਪਰ ਤਰੀਕੇ ਨਾਲ ਸਾਰਾ ਕੁਛ ਕੀਤਾ, ਕੋਈ ਚੱਕਰ ਵਾਲੀ ਗੱਲ ਨਹੀਂ ਹੋਈ। ਉਹ ਬਹੁਤ ਵਧੀਆ ਲੱਗਣ ਦੀ ਡੀਲਿੰਗ ਵੀ। ਅਤੇ ਹੁਣ ਆਪਣਾ ਫੋਨ ਸੈੱਟ ਹੋ ਗਿਆ, ਹੁਣ ਆਪਾਂ ਚੱਲੇ ਹਾਂ ਅਰਸ਼ ਵਰਸ਼ ਦਾ ਫੋਨ ਆਇਆ, ਕਹਿੰਦਾ ਸਾਹਿਬ ਭਾਈ ਤੁਸੀਂ ਮੈਡੀਕਲ ਲੱਗ ਗਏ, ਸਾਡੀ ਦੁਕਾਨ 'ਤੇ ਨਹੀਂ ਆਏ, ਅਤੇ ਹੁਣ ਆਪਾਂ ਉਹਨੂੰ ਵੀ ਮਿਲਾਂਗੇ, ਅਤੇ ਫਿਰ ਆਪਾਂ ਚੱਲਦੇ ਹਾਂ। ਅਤੇ ਦੂਜੀ ਗੱਲ, ਅੰਮ੍ਰਿਤਸਰ ਦੇ ਵਿੱਚ ਬਹੁਤ ਜ਼ਿਆਦਾ ਸਖਤੀ ਹੋਈ ਹੋਈ ਹੈ, ਸੋ ਮੇਰਾ ਭਰਾ ਜਿਹੜਾ ਵੀ ਹੈ ਨਾ, ਜਿਹੜਾ ਵੀ ਅੰਮ੍ਰਿਤਸਰ ਦੇ ਵਿੱਚ ਆਏਗਾ ਅਤੇ ਪ੍ਰੋਪਰ ਤਰੀਕੇ ਨਾਲ ਨਾ ਆਪਣੇ ਕਾਗਜ਼ ਪੱਤਰ ਸਾਰਾ ਕੁਛ ਰੈਡੀ ਕਰਕੇ, ਪ੍ਰੋਪਰ ਤਰੀਕੇ ਨਾਲ ਸਭ ਕੁਛ ਕਰਕੇ ਅਤੇ ਫਿਰ ਹੀ ਆਇਆ, ਕਿਉਂਕਿ ਇੱਥੇ ਚਲਾਉਣ ਮਿੰਟੋ ਮਿੰਟ ਹੀ ਕੱਟਣ 'ਤੇ ਹਰ ਮੋੜ 'ਤੇ ਨਾਕਾ 'ਚ। ਜੇ ਤੁਸੀਂ ਮੇਰੇ ਤੋਂ ਵੀ ਚਲਾਉਣ ਹੋਵੇ ਮੈਂ ਫੋਨ ਬੰਦ ਕਰਕੇ ਤੁਹਾਨੂੰ ਮਿਲਦਾ ਅਰਸ਼ ਵਰਸ਼ ਜਾ ਕੇ। ਪਹੁੰਚ ਚੁੱਕੇ ਹਾਂ, ਵਾਜ ਬੜੀ ਹੋਈ ਹੈ। ਅਤੇ ਆਪਾਂ ਘਰ ਪਹੁੰਚ ਚੁੱਕੇ ਹਾਂ, ਟਾਈਮ ਹੋ ਗਿਆ ਵਾ 6 ਵਜਣ 'ਤੇ ਆ ਗਏ ਆ, 6:15 ਹੋ ਗਏ ਆ। ਅਤੇ ਤੁਸੀਂ ਸਾਰੇ ਕਹਿੰਦੇ ਰਹਿੰਦੇ ਵਿਹਲਾ ਵਿਹਲਾ, ਸਾਰਾ ਦਿਨ ਇੱਧਰ ਉੱਧਰ ਫਿਰਦਾ ਰਹਿੰਦਾ, ਵਿਹਲਾ ਵਿਹਲਾ ਭਰਾ, ਐਡਾ ਵੀ ਵਿਹਲਾ ਨਹੀਂ ਗਾ, ਰੋਟੀ ਖਾਣ ਦੀ ਟਾਈਮ ਨਹੀਂ ਹੈਗੀ। ਸਵੇਰ ਦਾ ਬ੍ਰੇਕਫਾਸਟ ਕੀਤਾ ਮੈਂ, ਰੋਟੀ ਖਾ ਕੇ ਨਿਕਲਿਆ ਘਰੋਂ, ਅਤੇ ਮੇਰੇ ਕੋਲ ਵਲੌਗ ਬਣਾਉਣ ਦਾ ਟਾਈਮ ਤੱਕ ਨਹੀਂ ਹੈਗਾ। ਅਤੇ ਇੱਕ ਮੇਰੀ ਤਬੀਅਤ ਨਹੀਂ ਠੀਕ, ਮੈਨੂੰ ਫੀਵਰ ਹੈਗਾ, ਸਾਰਾ ਕੁਛ ਹੈਗਾ, ਫੀਵਰ ਕੋਲਡ ਵਗੈਰਾ ਦਾ ਬਹੁਤ ਬੁਰਾ ਹਾਲ ਹੋਇਆ ਸੀ। ਅਤੇ
ਮੇਰੇ ਕੋਲ ਨਾ ਵਲੋਗ ਬਣਾਇਆ ਗਿਆ, ਉਸ ਤੋਂ ਬਾਅਦ ਨਾ ਕੁਛ, ਮੈਂ ਕੰਮ 'ਚ ਇੰਨਾ ਹੀ ਮਤਲਬ ਹੋ ਗਿਆ, ਇੱਧਰ ਉੱਧਰ ਜਾਣਾ ਸੀ, ਸ਼ੋਪ ਦੇ ਕੰਮ ਕਰਨੇ ਦੋ ਤਿੰਨ, ਅਤੇ ਰੋਟੀ ਖਾਣ ਦੀ ਵਿਹਲ ਨਹੀਂ ਸੀ ਮੈਨੂੰ, ਅਤੇ ਮੈਂ ਹੁਣ ਆ 6 ਵਜੇ ਸਵੇਰ ਦੇ ਰੋਟੀ ਖਾਣ ਤੋਂ ਬਾਅਦ 6 ਵਜੇ ਆ ਮੱਠੀ ਛੋਲੇ ਲੈ ਕੇ ਆਇਆ ਹੁੰਦੇ ਹੁੰਦੇ, ਅਤੇ ਮੈਂ ਕਿਹਾ ਚੱਲ ਲਾ ਖਾ ਕੇ ਅਤੇ ਗੁਜ਼ਾਰਾ ਕਰੀਏ। ਬਾਕੀ ਆ ਜਿਹੜੇ ਮੱਠੀ ਛੋਲੇ ਆ ਨਾ ਐਂਡ ਹੀ ਆ, ਇਹਨਾਂ ਨੂੰ ਮੈਂ ਕਿਸੇ ਦਿਨ ਸ਼ੋਪ ਦੱਸੂੰਗਾ, ਅਤੇ ਟਰਾਈ ਜ਼ਰੂਰ ਕਰਿਓ। ਮੈਂ ਕਹਿੰਦਾ ਸਿਰਾ, ਅਤੇ ਜਿਹੜੀ ਗੱਲ ਸੀ ਮੇਨ ਜਿਹੜੀ ਮੈਂ ਤੁਹਾਡੇ ਨਾਲ ਕਰਨੀ ਸੀ, ਇੱਕ ਤਾਂ ਯਾਰ ਮੈਂ ਬੜੇ ਦਿਨਾਂ ਤੋਂ ਨੋਟਿਸ ਕਰ ਰਿਹਾ, ਬੜੀ ਚਿਰ ਤੋਂ ਨੋਟਿਸ ਕਰਦਾ, ਮੈਂ ਬੋਲਦਾ ਨਹੀਂ ਕੁਛ ਵੀ, ਚਲੋ ਮੈਂ ਕਹਿੰਦਾ ਚਲੋ ਛੱਡੋ ਕੀ ਕਰਨਾ, ਮੈਨੂੰ ਸਾਰਿਆਂ ਨੇ ਕਿਹਾ ਚਲ ਛੱਡ ਇਗਨੋਰ ਕਰ ਇਗਨੋਰ ਕਰ, ਕਹਿੰਦਾ ਜਿਹੜੇ ਵਿਦਵਾਨ 'ਚ ਬਣੇ ਫਿਰਦੇ ਕਮੈਂਟਾਂ ਦੇ ਵਿੱਚ ਨਾ, ਕਈ ਕਮੈਂਟ ਚਲੋ ਮੇਰੀ ਵੀਡੀਓ ਤੁਹਾਨੂੰ ਤੁਸੀਂ ਕਮੈਂਟ ਕਰਦੇ ਜੇ ਕੋਈ ਚੱਕਰ ਵਾਲੀ ਗੱਲ ਨਹੀਂ, ਚਲੋ ਕਰੋ, ਤੁਸੀਂ ਮੈਨੂੰ ਵਿਹਲਾ ਕਹਿੰਦੇ ਜੀ, ਚਲੋ ਕੋਈ ਗੱਲ ਨਹੀਂ, ਮੈਂ ਆਪਣਾ ਕਰਨਾ ਵਾ, ਆਪਣਾ ਕਮਾਉਂਦਾ ਵਾ, ਜੋ ਮੈਂ ਕਰਦਾ ਮੇਰੀ ਸਿਰਦਰਦੀ। ਬਾਕੀ ਜੇ ਤੁਸੀਂ ਕਹਿੰਦੇ ਜਲੰਧਰ ਵੜਿਆ ਰਹਿੰਦਾ, ਜੇ ਕਰਿਆ ਰਹਿੰਦਾ, ਪਹਿਲੀ ਗੱਲ ਤਾਂ ਮੈਨੂੰ ਮੇਰੇ ਰਿਲੇਸ਼ਨਸ ਦੀ ਵੈਲਿਊ ਦਾ ਪਤਾ, ਜੇ ਮੈਨੂੰ ਕੋਈ ਮੇਰਾ ਖਾਸ ਕੰਮ ਕਹੂਗਾ, ਫਿਲਹਾਲ ਇਹ ਕੰਮ ਹੈਗਾ ਯਾਰ ਮੇਰਾ ਕਰਨਾ ਪਊਗਾ, 100 ਕਿਲੋਮੀਟਰ ਛੱਡ, ਮੈਂ 200 ਕਿਲੋਮੀਟਰ ਛੱਡ, ਮੈਂ 300 ਕਿਲੋਮੀਟਰ ਵੀ ਮੈਨੂੰ ਦੂਰ ਜਾਣਾ ਪਵੇ, ਮੈਂ ਜਾ ਕੇ ਕਰਕੇ ਆਊਂਗਾ, ਠੀਕ ਆ। ਅਤੇ ਇਸ ਕਰਕੇ ਮੈਂ ਜੇ ਮੈਨੂੰ ਕੋਈ ਸੁਨੇਹਾ ਕਹਿੰਦੀ ਆ ਯਾਰ ਮੇਰਾ ਕੰਮ ਹੈਗਾ ਵਾ ਸਾਹਿਬ ਕਰ ਦਿਉ, ਦੀਦੀ ਕਹਿੰਦੇ ਦੀਦੀ ਮੈਨੂੰ ਆਹ ਕੰਮ ਹੈਗਾ ਵਾ, ਅਤੇ ਮੈਂ ਉੱਥੇ ਪਹੁੰਚੂੰਗਾ, ਜਾ ਕੇ ਉਹਨਾਂ ਦਾ ਕੰਮ ਕਰਾਊਂਗਾ, ਭਾਵੇਂ ਜੋ ਮਰਜ਼ੀ ਹੋ ਜੇ, ਮੈਨੂੰ ਆਪਣਾ ਕੰਮ ਛੱਡਣਾ ਕਿਉਂ ਨਾ ਪੈ ਜੇ, ਕਿਉਂਕਿ ਮੈਨੂੰ ਪਤਾ ਮੇਰੇ ਰਿਲੇਸ਼ਨਸ ਦੀ ਵੈਲਿਊ ਕੀ ਆ। ਬਾਕੀ ਕਈ ਇਹੋ ਜਿਹੇ ਬੰਦੇ ਵੀ ਹੈਗੇ ਆ ਜਿਨ੍ਹਾਂ ਨਾਲ ਸਾਰੇ ਕੰਮ ਕੁੰਮ ਕਰਾਏ ਵੀ ਆ, ਅਗਲਿਆਂ ਨੇ ਕਦਰ ਨਹੀਂ ਪਾਈ ਐਂਡ 'ਤੇ ਆ ਕੇ, ਚਲੋ ਕੋਈ ਚੱਕਰ ਵਾਲੀ ਗੱਲ ਨਹੀਂ। ਅਤੇ ਬਾਕੀ ਹੁਣ ਜਿਹੜੇ ਮੇਰਾ ਕਰਦੇ ਆ, ਤਾਂ ਮੈਨੂੰ ਜਲੰਧਰ ਵੀ ਕਿਉਂ ਜਾਵਾਂ, ਜੇ ਮੇਰਾ ਕੋਈ ਆਪਣਾ ਹੈਗਾ ਵਾ ਤਾਂ ਮੈਂ ਤਾਂ ਹੀ ਜਾਂਦਾ ਵਾ ਨਾ, ਇਸ ਲਈ ਤੁਹਾਨੂੰ ਤਾਂ ਫਿਕਰ ਦੀ ਲੋੜ ਨਹੀਂ ਕਿ ਜਲੰਧਰ ਬੜਿਆ ਰਹਿੰਦਾ ਇੱਦਾਂ ਉੱਦਾਂ, ਮੇਰੇ ਘਰ ਮੇਰਾ ਆਪਣਾ ਘਰ ਵਾ ਉੱਥੇ, ਮੈਂ ਜਿੱਦਾਂ ਮਰਜ਼ੀ ਜੋ ਮਰਜ਼ੀ ਕਰਾਂ, ਤੁਹਾਨੂੰ ਕੋਈ ਲੈਣਾ ਦੇਣਾ ਨਹੀਂ। ਦੂਜੀ ਗੱਲ, ਮੈਨੂੰ ਜਿਹੜੇ ਕਹਿੰਦੇ ਆ ਵਿਹਲਾ ਵਿਹਲਾ ਵਿਹਲਾ, ਅਤੇ ਘੁੰਮਣ ਫਿਰਨ ਨੂੰ ਆਉਣ ਜਾਣ ਵਾਸਤੇ ਇੱਧਰ ਉੱਧਰ ਜਾਣ ਨੂੰ, ਜਾਂ ਮੈਂ ਜਲੰਧਰ ਵੀ ਜਾਂਦਾ ਵਾਂ, ਤੇਲ ਦੇ ਖਰਚੇ ਤੁਸੀਂ ਮੈਨੂੰ ਪੇਟੀਐਮ ਕਰਦੇ ਕਿ ਗੂਗਲ ਪੇ ਕਰਦੇ, ਮੈਨੂੰ ਇੰਨਾ ਦੱਸ ਦਿਓ, ਮੈਂ ਆਪਣੇ ਕੋਲੋਂ ਕਰਦਾ, ਜਾਂ ਮੈਂ ਆਪਣੇ ਫੈਮਿਲੀ ਕੋਲੋਂ ਲੈਣਾ, ਫੈਮਿਲੀ ਕੋਲ ਵੀ ਮੈਂ ਬਹੁਤ ਘੱਟ ਲੈਣਾ, ਮੋਸਟਲੀ ਮੈਂ ਆਪਣੇ ਕੋਲੋਂ ਕਰਦਾ, ਠੀਕ ਹੈ ਨਾ, ਖਾਂਦਾ ਪੀਂਦਾ ਬਾਹਰ ਘੁੰਮਦਾ ਫਿਰਦਾ, ਜੇ ਮੈਂ ਕੁਛ ਵੀ ਕਰਦਾ ਵਾਂ ਤਾਂ ਮੈਂ ਖਰਚਾ ਆਪੇ ਮੈਨੇਜ ਕਰਦਾ ਵਾਂ ਆਪਣਾ, ਮੈਂ ਮੰਗਦਾ ਨਹੀਂ ਹਾਂ, ਠੀਕ ਆ। ਮੈਂ ਬਹੁਤ ਦੇਰ ਬਾਅਦ ਬੋਲਣ ਲੱਗਾ ਕਿਉਂਕਿ ਐਕਸਟ੍ਰੀਮ ਲੈਵਲ ਦੇ ਕਮੈਂਟ ਮੈਂ ਜਿਹੜੇ ਪੜ੍ਹੇ ਆ, ਹੁਣ ਇੱਕ ਮੁੰਡਾ ਇਹੋ ਜਿਹਾ ਵੀ ਹੈਗਾ ਸੀ, ਉਹਨੇ ਕਾਸਟ ਤੱਕ ਨੂੰ, ਇੱਕ ਕਾਸਟ ਤੱਕ ਨੂੰ ਕਹਿ ਦਿੱਤਾ ਸੀ, ਸੋ ਮੇਰੇ ਹਿਸਾਬ ਨਾਲ ਛੋਟੀ ਜਿਹੀ ਉਮਰ ਦਾ ਬੱਚਾ ਹੋਣਾ, 20-25 ਸਾਲ ਦਾ, ਜਾਂ 20-25 ਸਾਲ ਦਾ ਵੀ ਨਹੀਂ ਹੋਣਾ, ਉਹ ਤੁਹਾਨੂੰ ਨਹੀਂ ਚੀਜ਼ ਪਸੰਦ ਆਈ ਤੁਸੀਂ ਨਾ ਵੇਖੋ, ਤੁਹਾਨੂੰ ਨਹੀਂ ਚੀਜ਼ ਪਸੰਦ ਆਈ ਤੁਸੀਂ ਕਹਿ ਦਿਓ ਕਿ ਹਾਂ ਤੁਹਾਨੂੰ ਫਲਾਣੀ ਚੀਜ਼ ਨਹੀਂ ਪਸੰਦ ਆਈ, ਆਪਾਂ ਠੀਕ ਆ, ਪਰ ਗੰਦੀਆਂ ਗਾਣਾ ਜਾਂ ਗੰਦੇ ਕਮੈਂਟ ਕਰਨਾ ਕੁਛ ਨਹੀਂ ਜੇ ਹੋਣਾ, ਠੀਕ ਹੈ ਨਾ, ਜੇ ਆਪਣਾ ਆਪ ਦਾ ਕੰਮ ਕਰੋ ਯਾਰ, ਠੀਕ ਆ ਨਾ, ਕੋਈ ਚੱਕਰ ਵਾਲੀ ਗੱਲ ਨਹੀਂ ਹੈ। ਤੁਸੀਂ ਤੁਹਾਨੂੰ ਨਹੀਂ ਕੋਈ ਚੀਜ਼ ਪਸੰਦ ਆਈ ਤੁਸੀਂ ਸਿੰਪਲ ਵੇ ਨਾਲ ਪਸੰਦ ਕਰ ਕਹਿ ਦਿਓ ਕਿ ਹਾਂ ਨੂੰ ਆਹ ਤੇਜ਼ ਜਾਂ ਤੈਨੂੰ, ਮੈਨੂੰ ਮੇਰਾ ਚੈਨਲ ਨਹੀਂ ਪਸੰਦ ਆ, ਮੇਰੀਆਂ ਵੀਡੀਓ ਨਹੀਂ ਪਸੰਦ, ਨਹੀਂ ਪਸੰਦ ਹੈਗੀਆਂ ਇੰਸਟਾਗ੍ਰਾਮ 'ਤੇ, ਤੁਸੀਂ ਨੋਰਮਲੀ ਕਹਿ ਦਿਉ ਕਿ ਹਾਂ ਮੈਨੂੰ ਨਹੀਂ ਪਸੰਦ ਸਾਨੂੰ ਤੇਰੀਆਂ ਵੀਡੀਓਜ਼, ਕੀ ਨਾ ਵੇਖੋ, ਕੋਈ ਚੱਕਰ ਵਾਲੀ ਗੱਲ ਨਹੀਂ ਆ ਯਾਰ, ਮੈਂ ਆਪਣੇ ਇੱਕ ਮੈਨੂੰ ਪਸੰਦ ਵਾ ਜਿਹੜੀ ਚੀਜ਼ ਮੈਨੂੰ ਕਰਨੀ ਵਧੀਆ ਲੱਗਦੀ ਆ ਮੈਂ ਤਾਂ ਕਰਦਾ ਵਾਂ, ਮੇਰੇ ਮੈਨੂੰ ਵੀ ਕੋਈ ਐਜ਼ ਇਟ ਇਜ਼ ਉਹ ਨਹੀਂ ਹੈਗਾ ਕਿ ਹਾਂ ਮੈਂ ਵਲੋਗਿੰਗ ਕਰਨੀ, ਮੈਂ ਇੰਨੀ ਦੇਰ ਦੇਰ ਬਾਅਦ ਵਲੋਗ ਸਿਰਫ ਇਸ ਲਈ ਪਾਉਂਦਾ ਵਾਂ ਕਿ ਮੇਰਾ ਨਹੀਂ ਮਨ ਕਰਦਾ ਇਸ ਚੀਜ਼ ਦੇ ਵਿੱਚ ਕਿ ਹਾਂ ਜਦੋਂ ਇਹੋ ਜਿਹੇ ਕਮੈਂਟ ਆਉਣ, ਮੇਰੀ ਵੀਡੀਓ ਤੁਹਾਡੇ 'ਤੇ ਬਹੁਤ ਘੱਟ ਕਮੈਂਟ ਆਉਂਦੇ ਆ, ਜਿਹੜੇ ਕਿਸੇ ਟਾਈਮ 'ਤੇ ਮੈਨੂੰ ਇੰਨੀ ਖਿੱਚ ਚੜ੍ਹਦੀ, ਮੈਂ ਰਿਪਲਾਈ ਵੀ ਕਰਦਾ ਕਈਆਂ ਦੇ, ਚੀਜ਼ ਨੂੰ ਖਿੱਚ ਚੜ੍ਹਦੀ ਆ, ਬਟ ਅਸੀਂ ਕੀ ਕਹੀਏ ਕਿ ਅਸੀਂ ਸਾਨੂੰ ਅਸੀਂ ਅਸੀਂ ਨਹੀਂ ਕੁਛ ਕਹਿ ਸਕਦੇ ਤੁਹਾਨੂੰ, ਠੀਕ ਆ, ਕਿੰਨੇ ਦਿਨ ਲੋਕਾਂ ਨੂੰ ਜਵਾਬ ਦੇਵਾਂਗੇ, ਵਧੀਆ ਕਮੈਂਟ ਆ ਰਹੇ 100 ਵਾਰੀ ਤੁਹਾਨੂੰ ਵੇਖੋ ਚੈਨਲ, ਨਹੀਂ ਵਧੀਆ ਲੱਗਦਾ ਤੁਸੀਂ ਯਾਰ ਨਾ ਵੇਖੋ, ਪਰ ਇੱਦਾਂ ਵਾਹੀਆਤ ਕਮੈਂਟ ਨਾ ਕਰਿਆ ਕਰੋ, ਗਾਲਾਂ ਨਾ ਕੱਢਿਆ ਕਰੋ ਘਰਦਿਆਂ ਦੀ, ਜੇ ਤੁਹਾਡੇ ਪੇਰੈਂਟਸ ਵੀ ਘਰੇ ਆ, ਤੁਹਾਡੇ ਘਰੇ ਵੀ 30 ਭੈਣ ਹੈਗੀ ਆ ਘਰੇ, ਤੁਸੀਂ ਉਹਨਾਂ ਵੱਲ ਜਾ ਕੇ ਵੇਖੋ ਕਿ ਹਾਂ ਜੇ ਸਾਨੂੰ ਕੋਈ ਇੰਨੀ ਗੱਲ ਕਹਿ ਦੇ ਕਿ ਹਾਂ ਕਿ ਤੇਰੇ ਫਲਾਣਾ ਫਲਾਣਾ ਇੱਦਾਂ, ਅਤੇ ਤੇ ਤੁਸੀਂ ਉਹ ਬੰਦੇ ਨੂੰ ਮਾਰਨ ਤੱਕ ਚਲ ਜਾਓਗੇ, ਤਾਂ ਅਸੀਂ ਤਾਂ ਫਿਰ ਵੀ ਬਰਦਾਸ਼ਤ ਕਰਦੇ ਹਾਂ। ਜੇ ਹੁਣ ਇੱਕ ਬੰਦੇ ਦਾ ਮੈਨੂੰ ਕਮੈਂਟ ਆਇਆ ਸੀ, ਉਹਨੇ ਗਾਣਾ ਲਿਖਿਆ ਸੀ ਵੀਡੀਓਜ਼ ਥੱਲੇ, ਠੀਕ ਆ, ਜਦੋਂ ਮੈਨੂੰ ਮੈਂ ਉਹਨੂੰ ਕਿਹਾ, ਮੈਂ ਕਿਹਾ ਜਦੋਂ ਉਹਨੇ ਮੈਨੂੰ ਕਿਹਾ ਬਾਈ ਤੂੰ ਆਪਣਾ ਨੰਬਰ 'ਤੇ, ਮੈਂ ਤੇਰੀ ਸਿੱਧੀ ਗੱਲ ਕਰਦਾ, ਮੈਂ ਤੁਹਾਨੂੰ DM ਕਰਨਾ, DM ਕਰਨ ਤੋਂ ਬਾਅਦ ਉਹ ਬੰਦਾ ਮੁੱਕਰ ਗਿਆ, ਕਹਿੰਦਾ ਭਾਅ ਜੀ ਮੈਂ ਤਾਂ ਕਰਨ ਹੀ ਨਹੀਂ ਦਿਆ ਸੀ, ਮੇਰੇ ਨਾਲ ਦੇ ਲੱਗੇ। ਹੁਣ ਤੁਸੀਂ ਦੱਸੋ ਜੇ ਤੁਸੀਂ ਹਿੰਮਤ ਰੱਖਦੇ ਜੇ ਕਮੈਂਟ ਕਰਨ ਦੀ ਜਾਂ ਕੁਛ ਵੀ ਆ, ਜਾਂ ਤਾਂ ਉਦੋਂ ਮੰਨੋ, ਠੀਕ ਆ ਨਾ, ਉਹ ਬੰਦਾ ਕਹਿੰਦਾ ਨਹੀਂ ਭਾਅ ਜੀ ਮੈਂ ਕੀਤੇ ਨਹੀਂ, ਚਲੋ ਯਾਰ ਮੈਂ ਨਹੀਂ ਕਹਿੰਦਾ, ਤੁਸੀਂ ਯਾਰ ਆਪਦਾ ਕੰਮ ਕਰਨ ਦੇ, ਜੇ ਅਸੀਂ ਆਪਦਾ ਕੰਮ ਕਰਨ ਦੇ, ਸਾਨੂੰ ਆਪਣਾ ਕੰਮ ਕਰਨ, ਤੁਸੀਂ ਆਪਣਾ ਕੰਮ ਕਰੋ, ਫਾਲਤੂ ਦੇ ਵਿੱਚ ਕਿਸੇ ਦੇ ਇੱਕ 10 ਮਿੰਟ ਦੀ ਵੀਡੀਓ ਦੇ ਹਿਸਾਬ ਨਾਲ ਤੁਸੀਂ ਸਾਰਾ ਬੰਦਾ ਜੱਜ ਕਰ ਲੈਂਦੇ ਜੇ ਕਿ ਹਾਂ ਇਹ
ਦਾ ਸਾਰਾ ਦਿਨ ਵਿਹਲਾ ਫਿਰਦਾ ਰਹਿੰਦਾ, ਇਹ ਕਰਦਾ ਰਹਿੰਦਾ। ਜੇ ਅਸੀਂ 10 ਮਿੰਟ ਤੁਹਾਨੂੰ ਪੂਰੇ ਦਿਨ ਦੇ ਨਾ 24 ਘੰਟੇ ਹੁੰਦੇ, 24 ਘੰਟੇ 'ਚ 10 ਮਿੰਟ ਤੁਹਾਨੂੰ ਵਿਖਾਉਂਦੇ ਹਾਂ ਅਤੇ ਉਹ 10 ਮਿੰਟ ਹੀ ਅਸੀਂ ਫਨ ਕਰਦੇ ਹਾਂ, ਬਾਕੀ ਦਾ ਟਾਈਮ ਅਸੀਂ ਕੰਮ ਵੀ ਕਰਦੇ ਹਾਂ। ਠੀਕ ਆ, ਹੁਣ ਇੱਦਾਂ ਦਾ ਮੈਂ ਇੱਦਾਂ ਦਾ ਤਾਂ ਹੈ ਨਹੀਂ ਹੈ ਕਿ ਅਸੀਂ ਤੁਹਾਨੂੰ ਹੁਣ ਜਿਹੜੀ ਵੀ ਚੀਜ਼ ਕਰਨੀ ਤੁਹਾਨੂੰ ਦੱਸ ਦੱਸ ਕੇ ਕਰੀਏ ਕਿ ਹਾਂ ਮੈਂ ਇੱਥੇ ਚੱਲਾਂ, ਮੈਂ ਆਹ ਕੰਮ ਕਰਨ ਲੱਗਾ, ਮੈਂ ਇਹ ਕੰਮ ਕਰਨ ਹੈ। ਮੈਂ ਕਈ ਚੀਜ਼ ਆਪਣੀ ਪਰਸਨਲ ਵੀ ਹੁੰਦੀਆਂ ਵਾ, ਪਰਸਨਲ ਲਾਈਫ ਵੀ ਹੁੰਦੀ ਆ, ਮੈਂ ਉਹ ਵੀ ਵੇਖਣੀ ਹੁੰਦੀ ਹੈ, ਮੈਂ ਆਪਣਾ ਪਰਸਨਲ ਸਰਕਲ ਵੀ ਵੇਖਣਾ ਹੁੰਦਾ ਵਾ। ਹੁਣ ਮੈਂ ਜਲੰਧਰ ਜਾ ਕੇ ਵੀ ਵਲੋਗਿੰਗ ਨਹੀਂ ਕਰਦਾ ਕਿਉਂਕਿ ਮੈਨੂੰ ਬਹੁਤ ਘੱਟ ਟਾਈਮ ਮਿਲਦਾ ਉੱਥੇ ਜਾਣ ਦਾ ਵੀ। ਮੈਂ ਪਿਛਲੇ ਵੀਕ ਗਿਆ ਸੀ ਉੱਥੇ, ਤਿੰਨ ਚਾਰ ਦਿਨ ਮੈਂ ਉੱਥੇ ਰਹਿ ਕੇ ਆਇਆ ਵਾਂ, ਘੁੰਮ ਕੇ ਆਇਆ ਵਾਂ। ਮੈਂ 1% ਵੀ ਵਲੋਗ ਸ਼ੂਟ ਨਹੀਂ ਕੀਤਾ। ਕਿਉਂ ਨਹੀਂ ਕੀਤਾ? ਕਿਉਂਕਿ ਮੈਨੂੰ ਪਤਾ ਮੈਨੂੰ ਹੁਣ ਬਹੁਤ ਘੱਟ ਟਾਈਮ ਲੱਗਦਾ ਜਾਣ ਦਾ, ਅਤੇ ਜਦੋਂ ਮੈਨੂੰ ਟਾਈਮ ਲੱਗੇ ਤਾਂ ਮੈਂ ਉਦੋਂ ਜਾ ਕੇ ਹੀ ਕੀ ਕਹਿੰਦੇ ਆ ਉਹਨਾਂ ਨਾਲ ਟਾਈਮ ਸਪੈਂਡ ਕਰਦਾ। ਅਤੇ ਮੈਨੂੰ ਹੁੰਦਾ ਮੈਂ ਉਹ ਟਾਈਮ ਸਪੈਂਡ ਕਰਾਂ, ਨਾ ਕਿ ਇੱਦਾਂ ਹੀ ਘੁੰਮਦੇ ਫਿਰਦੇ ਜਾਂ ਕੈਮਰਾ ਚੱਕ ਕੇ ਵਲੋਗਿੰਗ ਕਰਦਾ ਰਹਾਂ। ਮੈਨੂੰ ਨਹੀਂ ਚੰਗਾ ਲੱਗਦਾ, ਕੋਈ ਪਰਸਨਲ ਚੀਜ਼ ਵੀ ਹੁੰਦੀ ਹੈ। ਸੋ ਐਟ ਦੀ ਐਂਡ ਮੈਂ ਤੁਹਾਨੂੰ ਇੱਕੋ ਚੀਜ਼ ਹੀ ਕਹੂੰਗਾ ਕਿ ਹਾਂ ਦੇਖੋ ਪਲੀਜ਼ ਤੁਸੀਂ ਆਪਦਾ ਕੰਮ ਆਪ ਕਰੋ, ਮੈਨੂੰ ਮੇਰਾ ਕੰਮ ਕਰ ਲੈਣ ਦਿਓ। ਪਲੀਜ਼ ਇੱਦਾਂ ਫਾਲਤੂ ਦੇ ਕਮੈਂਟ ਨਾ ਕਰੋ ਅਤੇ ਮੈਨੂੰ ਜਾਂ ਕਿਸੇ ਨੂੰ ਵੀ ਜੱਜ ਨਾ ਕਰਿਆ ਕਰੋ ਇੱਕ 10 ਮਿੰਟ ਦੀ ਵੀਡੀਓ ਦੇ ਵਿੱਚ। ਬਸ ਮੈਂ ਇੱਕ ਆਹੀ ਚੀਜ਼ ਕਹੂੰਗਾ। ਅਤੇ ਪਲੀਜ਼ ਤੁਹਾਡੇ ਘਰ ਵੀ ਮਾਵਾਂ ਭੈਣਾਂ ਹੈਗੀਆਂ ਵਾਂ, ਤੁਹਾਡੇ ਘਰ ਵੀ ਧੀਆਂ ਭੈਣਾਂ ਹੈਗੀਆਂ ਵਾਂ, ਪਲੀਜ਼ ਰਿਕੁਐਸਟ ਸਮਝ ਲਓ ਤੁਸੀਂ ਇੱਕ, ਠੀਕ ਆ ਨਾ, ਕਿ ਪਲੀਜ਼ ਰਿਕੁਐਸਟ ਆ ਕਿ ਹਾਂ ਕਿਸੇ ਦੇ ਵੀਡੀਓ ਥੱਲੇ ਜਾ ਕੇ ਇਹੋ ਜਿਹੇ ਫਾਲਤੂ ਕਮੈਂਟ ਨਾ ਕਰਿਆ ਕਰੋ, ਠੀਕ ਆ ਨਾ। ਜੇ ਕਿਸੇ ਜੇ ਕੋਈ ਕਮੈਂਟ ਕਰਦਾ ਵਾ ਨਾ ਤਾਂ ਪਹਿਲਾਂ ਆਪਦੇ ਘਰ ਝਾਤੀ ਮਾਰ ਲਏ, ਫਿਰ ਉਸ ਤੋਂ ਬਾਅਦ ਜਾ ਕੇ ਬਾਹਰ ਕਰੇ, ਠੀਕ ਆ। ਮੈਂ ਇਹ ਚੀਜ਼ਾਂ ਮੈਨੂੰ ਚਲੋ ਬੋਲਣੀਆਂ ਨਹੀਂ ਚਾਹੀਦੀਆਂ, ਮੈਂ ਕਹਿੰਦਾ, ਬਟ ਅੱਜ ਮੈਂ ਬਹੁਤ ਭਰਿਆ ਹਾਂ। ਇਹੋ ਗੱਲ ਨਹੀਂ, ਗੱਲਾਂ ਹੋਰ ਵੀ ਬਹੁਤ ਪਰ ਮੈਂ ਨਹੀਂ ਕਰਨੀਆਂ ਚਾਹੁੰਦਾ, ਠੀਕ ਆ। ਬਾਕੀ ਰਹੀ ਗੱਲ ਕੀ ਕਹਿੰਦੇ ਆ ਰਿਲੇਸ਼ਨਸ ਦੀ, ਮੈਨੂੰ ਮੇਰੇ ਰਿਲੇਸ਼ਨਸ ਦੀ ਕਦਰ ਹੈਗੀ ਹੈ ਮੈਨੂੰ। ਪਰ ਮੈਂ ਜਿੰਨਾ ਨਾ ਜੂ ਮੇਰੇ ਕੋਲ ਬਹੁਤੇ ਬੰਦੇ ਨਹੀਂ ਰਹਿ ਗਏ, ਮੇਰੇ ਕੋਲ ਦੋ ਤਿੰਨ ਬੰਦੇ ਰਹਿ ਗਏ, 3-4 ਬੰਦੇ ਹੈਗੇ ਆ ਮੇਰੇ ਕੋਲ ਸਿਰਫ, ਅਤੇ ਮੈਂ ਉਹਨਾਂ ਦੀ ਕਦਰ ਕਰਦਾ ਵਾਂ। ਅਤੇ ਮੈਨੂੰ ਹੋਰ ਕਿਸੇ ਤੀਜੇ ਬੰਦੇ ਨਾਲ ਲੈਣਾ ਦੇਣਾ ਨਹੀਂ ਆ। ਹਾਂ, ਜਿਹੜੇ ਛੱਡ ਵੀ ਗਏ ਆ ਕੋਈ ਚੱਕਰ ਵਾਲੀ ਗੱਲ ਨਹੀਂ, ਕੋਈ ਇੱਦਾਂ ਦੇ ਰੋਲ ਰੱਪਾ ਨਹੀਂ ਆ ਮੈਨੂੰ। ਮੈਂ ਹੁਣ ਚਲੋ ਆਪਣੀ ਲਾਈਫ ਖੁਸ਼ 'ਚ, ਮੈਂ ਆਪਣੀ ਲਾਈਫ 'ਚ ਖੁਸ਼ ਹਾਂ, ਅਤੇ ਬਾਕੀ ਕੋਈ ਚੱਕਰ ਵਾਲੀ ਗੱਲ ਨਹੀਂ। ਬਾਕੀ ਇਹ ਆ ਕਿ ਥੋੜ੍ਹਾ ਧਿਆਨ ਰਿਕੁਐਸਟ ਆ, ਕਿਉਂਕਿ ਬਹੁਤ ਮਾੜਾ ਫੀਲ ਕਰਦਾ ਜਦੋਂ ਤੁਹਾਡੇ ਕੋਈ ਭੈਣ ਨੂੰ ਕੋਈ ਗਲਤ ਚੀਜ਼ ਕਰਦਾ, ਨਹੀਂ ਬਰਦਾਸ਼ਤ ਹੁੰਦਾ, ਕਿਸੇ ਕੋਲ ਵੀ ਬਰਦਾਸ਼ਤ ਨਹੀਂ ਹੁੰਦਾ, ਠੀਕ ਹੈ ਨਾ। ਸੋ ਰਿਕੁਐਸਟ ਆ ਇੱਕ ਕਿ ਹਾਂ ਪਲੀਜ਼ ਇੱਦਾਂ ਨਾ ਕਰਿਆ। ਬਾਕੀ ਇੰਨਾ ਵਲੋਗ ਮਤਲਬ ਮੇਰਾ ਅੱਜ ਮੇਰਾ ਮੇਨ ਮੋਟਿਵ ਵਲੋਗ ਨੂੰ ਹੁੰਦਾ ਵੈਸੇ ਆਹੀ। ਅਗਲਾ ਵਲੋਗ ਆਊਗਾ ਵੈਸੇ ਹੋਰ ਕੁਛ ਵਧੀਆ ਕੰਟੈਂਟ ਦੇ ਨਾਲ, ਅਤੇ ਬਟ ਅੱਜ ਦਾ ਵਲੋਗ ਮੈਂ ਇੱਥੇ ਕਰਦਾ ਵਾਂ, ਇੱਥੇ ਐਂਡ ਕਰਦਾ ਵਾਂ। ਬਸ ਇਹੀ 4-5 ਗੱਲਾਂ ਹੈਗੀਆਂ ਸੀ, ਮੈਂ ਬਹੁਤ ਭਰਿਆ ਪਿਆ ਸੀ ਗੱਲ ਕਰਨ ਦਾ, ਮੈਂ ਖਿਜਿਆ ਰਹਿੰਦਾ ਸੀ ਇੱਕ ਹਿਸਾਬ ਦਾ। ਮੈਂ ਮਤਲਬ ਇੱਕ ਹਿਸਾਬ ਨਾਲ ਆਪਣੇ ਆਪ ਨੂੰ ਰੂਮ 'ਚ ਬੰਦ ਰੱਖਦਾ, ਕਿਸੇ ਨੂੰ ਬੁਲਾਉਂਦਾ ਤੱਕ ਨਹੀਂ ਹੈ, ਮੈਂ ਇੰਨਾ ਕੁ ਜ਼ਿਆਦਾ ਅੰਦਰੋਂ ਭਰਿਆ ਹੋਇਆ। ਬਸ ਇਹ ਹੈ ਕਿ ਮੈਂ ਚਾਹੁੰਦਾ ਵੀ ਨਹੀਂ ਹੈ ਕਿਸੇ ਨਾਲ ਕਿ ਹਾਂ ਉਹ ਚੀਜ਼ ਬਾਹਰ ਜਾ ਕੇ ਮੈਂ ਕਿਸੇ ਦੇ ਸਾਹਮਣੇ ਕੱਢਾਂ ਜਾਂ ਕੁਝ ਕਰਾਂ। ਮੈਂ ਇਸ ਲਈ ਤੁਹਾਨੂੰ ਸਿਰਫ ਇੱਕ ਕਹਿ ਸਕਦੇ ਕਿ ਰਿਕੁਐਸਟ ਕਰਨੀ ਆ, ਪਲੀਜ਼ ਨਾ ਇੱਦਾਂ ਕਰਿਆ ਕਰੋ। ਅਤੇ ਬਾਕੀ ਆਪਾਂ ਮਿਲਦੇ ਹਾਂ ਅਗਲੇ ਵਲੋਗ ਵਿੱਚ, ਫਿਰ ਆਪਾਂ ਗੱਲਾਂ ਕਰਾਂਗੇ। ਅੱਜ ਥੋੜ੍ਹਾ ਮੈਂ ਵੀ ਹੌਚ ਪਹੁੰਚ ਆਇਆ, ਮੈਂ ਠੀਕ ਵੀ ਨਹੀਂ ਹੈਗਾ, ਉਤੋਂ ਮੇਰੇ ਤੋਂ ਬੋਲ ਵੀ ਨਹੀਂ ਹੋਣ ਦਿਆ, ਬਟ ਮੈਂ ਆਹ ਗੱਲ ਕਰਨੀ ਬਹੁਤ ਜ਼ਰੂਰੀ ਸੀ। ਅਤੇ ਆਪਾਂ ਮਿਲਦੇ ਹਾਂ ਕੋਈ ਨਾ ਅਗਲੇ ਵਲੋਗ ਦੇ ਵਿੱਚ। ਬਾਕੀ ਜਿਹੜੇ ਪਿਆਰ ਕਰਦੇ ਇੱਦਾਂ ਪਿਆਰ ਕਰਦੇ ਰਹੋ, ਤੁਹਾਨੂੰ ਦਿਲੋਂ ਪਿਆਰ ਆ, ਅਤੇ ਤੁਹਾਡੇ ਲਈ ਬਹੁਤ ਬਹੁਤ ਰਿਸਪੈਕਟ ਵਾ ਜਿਹੜੇ ਰਿਸਪੈਕਟ ਕਰਦੇ ਆ। ਬਾਕੀ ਜਿਹੜੇ ਨਹੀਂ ਕਰਦੇ ਉਹਨਾਂ ਲਈ ਵੀ ਰਿਸਪੈਕਟ ਹੈਗੀ ਆ, ਐਡੀ ਗੱਲ ਨਹੀਂ ਆ। ਬਟ ਇਹ ਆ ਕਿ ਬੁਰਾ ਲੱਗਦਾ ਜਦੋਂ ਇੱਦਾਂ ਦੇ ਕੋਈ ਕਮੈਂਟ ਭਰੀਦਾ ਵਾ ਆਪਣੇ ਕਿਸੇ ਰਿਲੇਸ਼ਨ ਬਾਰੇ ਤੋਂ, ਅਤੇ ਪਲੀਜ਼ ਉਸ ਚੀਜ਼ ਨੂੰ ਅਵੋਇਡ ਕਰੋ। ਬਾਕੀ ਥੈਂਕ ਯੂ, ਅਤੇ ਇੱਦਾਂ ਹੀ ਵਲੋਗ ਨਾਲ ਜੁੜੇ ਰਹੋ। ਆਪਾਂ ਅਗਲੇ ਵਲੋਗਸ ਵਧੀਆ ਪਾਵਾਂਗੇ, ਅਤੇ ਮਿਲਦੇ ਹਾਂ ਆਪਾਂ ਅਗਲੇ।